ਤਨ ਧਰਤੀ ਥਾਨ ਤਨ ਗੁਰ ਸਿੱਖ ਸਾਧੂ ਪੈਰ ਧਰਨ ਦਾ ਚਰਨ ਧੂੜ ਪਰਦਾਨ ਕਰ ਸੰਤ ਬੇਦ ਜਸ ਗਾਏ ਸੁਨੰਦਾ ਜਿੱਥੇ ਫੈਸਨ ਸਾਧ ਜਨ ਸੋ ਥਾਨ ਸੁਹੰਦਾ ਓ ਸੇਵਨ ਸਮਰੱਥ ਆਪਣਾ ਬਿਨ ਸਹਿ ਸਭ ਮੰਦਾ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨ ਸਿਰ ਚਰਨਨ ਪਰਤਾਰ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤਨੀ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੇਂ ਬੋਲਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੇਂ ਬੋਲਨੀ ਪਤਤ ਪਾਵਨ ਕਿਰਪਾ ਨਿਧਾਨ ਭਗਤ ਵਤਸਲ ਜੋਤੀ ਸਵਰੂਪ ਸਰਵ ਸ਼ਕਤੀਮਾਨ ਮੁਕਤੀ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਮਹਾਨ ਪਵਿੱਤਰ ਅਸਥਾਨ ਭਾਈ ਧੰਨਾ ਸਿੰਘ ਜੀ ਦੇ ਖੂਹ ਦੇ ਪਾਵਨ ਅਸਥਾਨ ਤੇ ਗੁਰਦੁਆਰਾ ਖੜੀ ਦਾ ਖਾਲਸਾ ਵਿਖੇ ਸਜੀ ਹੋਈ ਗੁਰੂ ਪਿਆਰ ਵਾਲੀ ਗੁਰੂ ਸਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਬਹੁਤ ਹੀ ਸਤਿਕਾਰਯੋਗ ਮਹਾਨ ਪਰਉਪਕਾਰੀ ਨਾਮ ਬਾਣੀ ਦੇ ਰਸੀਏ ਤਤ ਵੇਤੇ ਮਹਾਂਪੁਰਖ ਸੰਤ ਬਾਬਾ ਸਤਨਾਮ ਸਿੰਘ ਜੀ ਸਮੂਹ ਪ੍ਰਬੰਧਕ ਸਮੂਹ ਸੰਗਤਾਂ ਨਗਰ ਨਿਵਾਸੀ ਇਲਾਕਾ ਨਿਵਾਸੀ ਹਰ ਸਾਲ ਦੀ ਤਰ੍ਹਾਂ ਭਾਈ ਧੰਨਾ ਸਿੰਘ ਜੀ ਦੀ ਪਾਵਨ ਪਵਿੱਤਰ ਯਾਦ ਵਿੱਚ ਸਾਉਣ ਦੇ ਪਹਿਲੇ ਐਤਵਾਰ ਹਰ ਸਾਲ ਹੀ ਇਹ ਮਹਾਨ ਪਵਿੱਤਰ ਸਮਾਗਮ ਕਰਵਾ ਕੇ ਆਪ ਜੁੜਦੇ ਨੇ ਸੰਗਤਾਂ ਨੂੰ ਜੋੜਦੇ ਹਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਹਾਕਮ ਸਿੰਘ ਜੀ ਸਰਾਲੀ ਸਾਹਿਬ ਵਾਲੇ ਉਹ ਵੀ ਸੰਗਤਾਂ ਦੇ ਵਿੱਚ ਸੁਸ਼ੋਭਿਤ ਮਾਨ ਨੇ ਬੇਅੰਤ ਗੁਰੂ ਕੀਆਂ ਪਿਆਰੀਆਂ ਸੰਗਤਾਂ ਔਰ ਸਰਦਾਰ ਵਿਰਸਾ ਸਿੰਘ ਜੀ ਮੈਂਬਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਦਰਸਾ ਰਹੇ ਸਨ ਕਿ ਦਿੱਲੀ ਤੱਕ ਦੀਆਂ ਸੰਗਤਾਂ
ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾ ਕੇ ਸਤਿਗੁਰਾਂ ਦੀ ਅਸੀਸ ਮਹਾਂਪੁਰਖਾਂ ਦੀ ਰਸਨਾ ਤੋਂ ਨਿਕਲੇ ਅੰਮ੍ਰਿਤ ਬਚਨ ਸਰਵਣ ਕਰਕੇ ਜੀਵਨ ਸਫਲ ਕਰ ਰਹੇ ਨੇ। ਪੰਥ ਦੇ ਮਹਾਨ ਢਾਡੀ ਬੜੇ ਪਿਆਰ ਵਿੱਚ ਬੜੇ ਵਜ਼ਦ ਵਿੱਚ ਗੁਰੂ ਇਤਿਹਾਸ ਪੰਥ ਦਾ ਇਤਿਹਾਸ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਦਾਸ ਖਿਮਾ ਚਾਹੇ ਕਿ ਮਹਾਂਪੁਰਸ਼ਾਂ ਦੇ ਹੁਕਮ ਦੇ ਅਨੁਸਾਰ ਢਾਡੀ ਸਿੰਘਾਂ ਦੇ ਸਮਾਗਮ ਨੂੰ ਰੋਕ ਕੇ ਦਾਸ ਨੇ ਹਾਜ਼ਰੀ ਭਰਨ ਦੇ ਵਾਸਤੇ ਬੇਨਤੀ ਕੀਤੀ, ਕਿਉਂਕਿ ਕੁਝ ਰੁਝੇਵੇਂ ਐਸੇ ਨੇ ਜਿਸ ਕਾਰਨ ਕਰਕੇ ਜਲਦੀ ਜਾਣਾ ਬਣਦਾ ਸੀ। ਮਹਾਂਪੁਰਸ਼ਾਂ ਨੇ ਬੇਨਤੀ ਪ੍ਰਵਾਨ ਕੀਤੀ, ਆਓ ਪਿਆਰ ਵਿੱਚ ਭਿੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅੱਜ ਸਾਲਾਨਾ ਸਮਾਗਮ ਹੈ ਉੱਥੇ ਸੰਕ੍ਰਾਂਤ ਦਾ ਦਿਹਾੜਾ ਵੀ ਹੈ, ਔਰ ਨਾਲ ਹੀ ਬਹੁਤ ਸਤਿਕਾਰਯੋਗ ਮਹਾਨ ਸ਼ਹੀਦ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਲਾ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਅੱਜ ਸਮੁੱਚਾ ਖਾਲਸਾ ਪੰਥ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾ ਰਿਹਾ ਹੈ। ਸਮਾਂ ਬਹੁਤ ਸੀਮਤ ਹੈ, ਦਾਸ ਬਹੁਤਾ ਸਮਾਂ ਨਾ ਲਵੇ। ਅੱਜ ਦੀ ਪਵਿੱਤਰ ਸੰਕ੍ਰਾਂਤ ਦੇ ਦਿਹਾੜੇ ਦੇ ਸੰਬੰਧ ਵਿੱਚ ਦਾਸ ਬੇਨਤੀ ਕਰਕੇ ਖਿਮਾ ਚਾਹੇਗਾ, ਸਤਿਗੁਰੂ ਪਾਤਸ਼ਾਹ ਗੁਰਦੇਵ ਪਿਤਾ ਜੀ ਨੇ ਸਾਡੇ ਤੇ ਅਪਾਰ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸਤਿਗੁਰੂ ਜੀ ਨੇ ਸਾਨੂੰ ਧਰਮ ਦੇ ਠੇਕੇਦਾਰਾਂ ਤੋਂ ਬਚਾ ਕੇ ਗੁਰੂ ਕੇ ਸਿੱਖਾਂ ਨੂੰ ਗੁਰਬਾਣੀ ਗੁਰ ਇਤਿਹਾਸ ਦੇ ਨਾਲ ਜੁੜਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2 12 ਮਹਾਂ ਸਤਿਗੁਰਾਂ ਨੇ ਉਚਾਰਨ ਕੀਤੇ ਨੇ, 1 12ਵਾਂ ਦਸਮ ਗ੍ਰੰਥ ਦੇ ਵਿੱਚ ਵੀ ਉਚਾਰਨ ਕੀਤਾ ਹੈ। ਜੋ ਸਿਧਾਂਤ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, 1 ਤੁਖਾਰੀ ਰਾਗ ਦੇ ਵਿੱਚ 12 ਮਾਹ ਹੈ ਔਰ ਦੂਸਰਾ ਮਾਝ ਰਾਗ ਦੇ ਵਿੱਚ 12 ਮਾਹ, ਜੋ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਦੀਆਂ ਨੇ। ਔਰ ਕਈ ਵਾਰੀ ਸਾਡੇ ਮਨਾਂ ਵਿੱਚ ਇਹ ਖਿਆਲ ਹੁੰਦਾ ਹੈ ਕਿ ਅਸੀਂ ਮਹੀਨੇ ਦਾ ਨਾਮ ਕਿਸੇ ਗੁਰਮੁਖ ਪਿਆਰੇ ਦੇ ਪਾਸੋਂ ਕਿਸੇ ਮਹਾਂਪੁਰਸ਼ ਦੇ ਪਾਸੋਂ ਸਰਵਣ ਕਰੀਏ ਤੇ ਉਹ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੁੰਦਾ ਹੈ, ਪਰ ਸਤਿਗੁਰਾਂ ਨੇ ਕਿੰਨੀ ਬਖਸ਼ਿਸ਼ ਕਰ ਦਿੱਤੀ ਕਿ ਸਿੱਖਾ ਤੂੰ ਗੁਰੂ ਘਰ ਵਿੱਚ ਆ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਰਵ ਸ਼ਕਤੀਮਾਨ ਮੁਕਤੀ ਦਾਤੇ ਨੇ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤਮਈ ਬਾਣੀ ਸਰਵਣ ਕਰ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਜਿਸ ਅਸਥਾਨ ਤੇ ਆਪ ਜੀ ਰੋਜ਼ਾਨਾ ਹੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਗਤਾਂ ਵੱਡੀ ਗਿਣਤੀ ਵਿੱਚ ਜੁੜ ਕੇ ਕਥਾ ਸਰਵਣ ਕਰਦੀਆਂ ਨੇ, ਇਸ ਅਸਥਾਨ ਤੇ ਸਤਿਗੁਰਾਂ ਨੇ ਇਹ 12 ਮਾਹ ਉਚਾਰਨ ਕੀਤਾ ਹੈ। ਕਾਰਨ ਕੀ ਸੀ? ਕਿਉਂਕਿ ਗੁਰੂ ਘਰ ਦੇ ਵਿੱਚ ਆ ਕੇ ਜੋ ਪੰਡਿਤ ਸੀ ਵਿਦਵਾਨ ਸੀ ਉਹ ਅਕਸਰ ਹੀ ਕਥਾ ਵਾਰਤਾ ਕਰਿਆ ਕਰਦੇ ਸਨ। ਮਹਾਂਪੁਰਸ਼ ਵੀ ਬਹੁਤ ਸਾਰੇ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਪ੍ਰਚਾਰਕਾਂ ਨੂੰ ਬੁਲਾ ਕੇ ਗੁਰੂ ਦੀ ਗੱਲ ਸੰਗਤ ਤੱਕ ਪਹੁੰਚਾਉਣ ਦੇ ਵਾਸਤੇ ਮਹਾਨ ਉਪਰਾਲਾ ਕਰਦੇ ਨੇ। ਇੱਕ ਦਿਨ ਐਸਾ ਆਇਆ ਕਿ ਉਸ ਦਿਨ ਚੇਤ ਦੀ ਸੰਗਰਾਂਦ ਸੀ ਤੇ ਜਿਸ ਨੇ ਉਹ ਕਥਾ ਕਰਨੀ ਸੀ ਚੇਤ ਦੀ ਸੰਗਰਾਂਦ ਦੀ ਉਹਦੇ ਮਨ ਵਿੱਚ ਹੰਕਾਰ ਆ ਗਿਆ, ਕਿਉਂਕਿ ਸਿਮਰਨ ਤੋਂ ਬਿਨਾਂ ਪਦਵੀ ਜਿਹੜੀ ਇਹ ਵੀ ਹੰਕਾਰ ਨੂੰ ਜਨਮ ਦੇ ਦਿੰਦੀ ਹੈ, ਸਿਮਰਨ ਜਿਹੜਾ ਇਹ ਹੰਕਾਰ ਨੂੰ ਮਾਰਦਾ। ਇਸੇ ਕਰਕੇ ਮੇਰੇ ਗੁਰਦੇਵ ਪਾਤਸ਼ਾਹ ਨੇ ਅੰਮ੍ਰਿਤਮਈ ਬਾਣੀ ਵਿੱਚ ਬਚਨ ਬਖਸ਼ਿਸ਼ ਕੀਤੇ ਨੇ, ਹਰ ਜੀਓ ਅਹੰਕਾਰ ਨਾ ਭਾਵਾਈ
वेद कूक सुनावे। ऐ मेरे हरि जी प्रभु हंकार परमेश्वर नू नहीं पाउंदा, परमात्मा नू हंकार नहीं पाउंदा है, क्योंकि हउमे नावे नाल विरोध है, दोए ना बसै इक ठाई। जिथे हउमे हंकार है उथे नाम नहीं है, ते जिथे नाम आके वस जाए हंकार नू कोई थां नहीं रह जांदा। इसलिए उस पंडित दी मन विच हंकार आ गया कि संगतां आके मत्था गुरु ग्रंथ साहिब गुरु साहिब जी नू टेक रहियां ने, ते कथा मैं करदा, संगतां भेटा गुरु साहिब जी नू अर्पण करदियां ने, पे कथा विचार मैं करदा, इस करके कहण लग्या कि मैं अज कथा नहीं करांगा। सतगुरु पातशाह जी ने भाई गुरदास साहिब जी नू भेजिया, बाबा बुढ़ा साहिब जी नू भी भेजिया कि जाओ उन्हां नू बुला के लियाओ, आण के संगतां उड़ीकदियां ने। अज संक्रांत दा दिहाड़ा है, संक्रांत दा मतलब हुंदा है जदों सूरज एक राशि विचों दूसरी राशि विच प्रवेश करदा है, ते उस नू संक्रांति कहा जांदा है। ये संक्रांति का शब्द बिगड़िया होया शब्द संक्रांत है, जिवें आपां स्टेशन नू टेशन कह देने, उहनू असी सीमित करके कह देने, इसे तरह संक्रांति शब्द जिहड़ा है उसनू असी संक्रांत विच तब्दील कर लिया। भाई साहब जी ने जाके बेनती की पर नहीं आया, जदों उसने सिखां दे कहे वचन नहीं मन्ने, ते फिर धन धन बाबा बुढ़ा साहब जी परउपकारी, एवें नहीं पंचम पातशाह जी ने साडे सत्कारयोग माता गंगा जी नूं बाबा बुढ़ा साहब जी उहनां दे पास बीड साहिब भेजिया अरदास करवाउण दे वास्ते, क्योंकि धन धन बाबा बुढ़ा साहब जी जिन्हां ने पंज गुरु साहिबाना नूं गुरता गद्दी दा तिलक दिता है। और प्रिंसीपल सतबीर सिंह जी कहिंदे ने शरीर रूप दे विच अठ गुरु साहिबाना दे दर्शन बाबा बुढ़ा साहिब जी नूं बख्शिश होए। और गुरु नानक पातशाह जी दे दो मुखी सिख ने, एक बाबा बुढ़ा साहिब जी दे भाई लहणा जी ने, लहणा जी पहले नंबर ते आ गए, ते भाई लहणा जी गुरु अंगद साहिब बन गए। गुरु अंगद साहिब ने गुरु पदवी प्राप्त कर ली, पर गुरु बनाउण वाली बख्शिश गुरु नानक साहिब जी ने बाबा बुढ़ा साहिब ते कीती। गुरता गद्दी दा तिलक केवल अधिकार बाबा बुढ़ा साहिब जी दे पास सी, फिर बाबा बुढ़ा साहिब जी दी बंश दे पास आ गया। खैर बेनती कर रहा सी बाबा बुढ़ा साहिब जी, संगत बेअंत सजी, जिवें आप जी सजे हो ना, ये संगत विच आउना बहुत वड्डे भागां दी गल है। ये मत समझिया करो कि असीं आउने आ ते आके चले जाने आ, ये बहुत वड्डे भाग होण तां संगत प्राप्त हुंदी है। आप जी धन धन श्री गुरु ग्रंथ साहिब दे बचन पढ़दे हो ना, ते मेरे पंचम गुरदेव पातशाह कहिंदे बड़ भागी हर संगत पावै, भागहीन भ्रम चोटा खावै, बिन भागां सत संग न लभै, बिन संगत मैल भरी जाय जियो। ये बिना भागां तो संगत नहीं मिलदी। एक विद्वान दा शब्द मेरे ध्यान में आ गया, ए वेदांत जिथों शुरू हुंदा ना, वो छोटा जिहा ग्रंथ उहदा नाम सार कतावली, उसनू सभा चित भी कहा जांदा, उहनू सू कतावली भी कहा जांदा। इथों वेदांत शुरू हुंदा है, ते जिथों वेदांत दा एंड हो जांदा है, अंत हो जांदा है, उथों एक ओंकार ये शुरू हुंदा है। वेदांत खत्म हो जांदा है, उथों एक ओंकार शब्द शुरू हो जांदा है। ओ वेदांत दे छोटे जे ग्रंथ विच लिखिया एक शब्द, जदों किसी ने सवाल किया कि तुसी कहने हो कि संगत चंगा फल वड्डे भागां करके प्राप्त हुंदा है, ते उसने बड़ी एक सुंदर उदाहरण दिती है। कहिंदे जदों जिहड़ा कां है ना, कांग,
ਕਾਂ ਸਾਰੀ ਜ਼ਿੰਦਗੀ ਵਿਸ਼ਤਾ ਫਰੋਲਦਾ ਰਹਿੰਦਾ, ਗੰਦਗੀ ਫਰੋਲਦਾ ਰਹਿੰਦਾ, ਤੇ ਉਸ ਕਾਂ ਨੂੰ ਕਦੇ ਵੀ ਮੇਵੇ ਆਦਿਕ ਪ੍ਰਾਪਤ ਨਹੀਂ ਹੁੰਦੇ ਹਨ। ਉਹ ਕਹਿੰਦਾ ਕਿਉਂ ਨਹੀਂ ਹੋ ਸਕਦੇ, ਜਦੋਂ ਬਾਗਾਂ ਵਿੱਚ ਮੇਵੇ ਪੱਕ ਜਾਂਦੇ ਨੇ ਉਦੋਂ ਉਹਨਾਂ ਨੂੰ ਕੌਣ ਰੋਕਣ ਵਾਲਾ, ਜਦੋਂ ਮਰਜ਼ੀ ਉਡਾਰੀ ਮਾਰ ਕੇ ਖਾ ਲਵੇ। ਤੇ ਉਸਨੇ ਬੜਾ ਸੁੰਦਰ ਉੱਤਰ ਦਿੱਤਾ ਹੈ, ਉਹ ਕਹਿੰਦਾ ਭਾਗਹੀਣ ਕੋ ਨਾ ਮਿਲੇ ਭਲੀ ਵਸਤ ਕੋ ਭੋਗ, ਦਾਖ ਪੱਕੇ ਮੁਖ ਕਾਕ ਹੋਏ ਹੋਤ ਕਾਕ ਕੋ ਰੋਗ। ਕਹਿੰਦੇ ਭਾਗਾਂ ਤੋਂ ਹੀ ਨਾ ਭਲੀ ਵਸਤੂ ਨਹੀਂ ਪ੍ਰਾਪਤ ਹੁੰਦੀ। ਜਦੋਂ ਬਾਗਾਂ ਵਿੱਚ ਮੇਵੇ ਪੱਕਦੇ ਨੇ ਨਾ, ਕਾਵਾਂ ਦੇ ਮੂੰਹ ਪੱਕ ਜਾਂਦੇ, ਕਾਂ ਫਿਰ ਵੀ ਨਹੀਂ ਖਾ ਸਕਦਾ ਕਿਉਂਕਿ ਉਹਦੇ ਭਾਗ ਨਹੀਂ ਹਨ। ਇਸ ਕਰਕੇ ਬਹੁਤ ਵੱਡੇ ਭਾਗਾਂ ਕਰਕੇ ਸੰਗਤ ਵਿੱਚ ਆਏ ਹੋ, ਤੇ ਜਿਤਨੇ ਵੀ ਕਦਮ ਆਏ ਹੋ ਨਾ ਚੱਲ ਕੇ, ਚਾਹੇ ਕੋਈ ਦਿੱਲੀ ਤੋਂ ਆਇਆ ਹੈ, ਕੋਈ ਕਿਤਿਓਂ ਆਇਆ ਹੈ, ਇੱਕ ਇੱਕ ਕਦਮ ਲੇਖੇ ਦੇ ਵਿੱਚ ਲੱਗ ਜਾਂਦਾ ਹੈ। ਇਹ ਮੈਂ ਨਹੀਂ ਕਹਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਤਿਗੁਰੂ ਪਿਤਾ ਜੀ ਕਹਿੰਦੇ ਨੇ, ਚਰਨ ਚਲਹੋ ਮਾਰਗ ਗੋਬਿੰਦ ਮਿਟੈ ਪਾਪ ਜਪਿਐ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ। ਤੇ ਆਪ ਜੀ ਕਈ ਵਾਰੀ ਸ਼ਰਵਣ ਕਰਦੇ ਹੋ, ਤੇ ਚਰਨ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚੱਲੇ ਸੈ ਰਾਮ। ਜਿਹੜੇ ਚਰਨ ਧਰਮ ਦੇ ਮਾਰਗ ਤੇ ਚੱਲਦੇ ਨੇ ਨਾ, ਉਹ ਤਾਂ ਚਰਨ ਪਵਿੱਤਰ ਨੇ। ਪਰ ਹੁਣ ਕਲਯੁੱਗ ਦਾ ਸਮਾਂ, ਅਸੀਂ ਸੰਗਤ ਵੱਲੇ ਆਉਣ ਵਾਸਤੇ ਤੇ ਗੁਰੇਜ ਕਰਦੇ ਹਾਂ, ਉਹ ਸੰਗਤ ਵੱਲੇ ਬਹੁਤ ਸ਼ੌਂਕ ਦੇ ਨਾਲ ਜਾਂਦੇ ਹਾਂ। ਪੰਡਿਤ ਕਹਿੰਦਾ ਕਿ ਮੈਂ ਕਥਾ ਨਹੀਂ ਕਰਾਂਗਾ। ਬਾਬਾ ਬੁੱਢਾ ਸਾਹਿਬ ਜੀ ਨੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਗੁਰਦੇਵ ਜੀ ਜਿਵੇਂ ਆਪ ਜੀ ਨੇ ਬੇਅੰਤ ਬਾਣੀ ਬਖਸ਼ਿਸ਼ ਕੀਤੀ ਹੈ, ਇਸੇ ਤਰ੍ਹਾਂ ਆਪ ਜੀ ਸਾਨੂੰ ਇਹ ਮਹੀਨੇ ਦਾ ਫਲਾ ਦੇਸ਼ ਵੀ ਬਖਸ਼ਿਸ਼ ਕਰ ਦਿਓ, ਸਾਨੂੰ ਕਿਸੇ ਬ੍ਰਾਹਮਣਾਂ ਦੇ ਮੁਤਾਜ ਨਾ ਹੋਣਾ ਪਵੇ, ਸਾਨੂੰ ਕਿਸੇ ਐਸੇ ਠੇਕੇਦਾਰਾਂ ਦੇ ਪਾਸ ਨਾ ਜਾਣਾ ਪਵੇ। ਇਤਿਹਾਸ ਲਿਖਦਾ ਕਿ ਪੰਚਮ ਪਾਤਸ਼ਾਹ ਜੀ ਨੇ ਮੰਜੀ ਸਾਹਿਬ ਅਸਥਾਨ ਦੇ ਉੱਤੇ, ਆਪ ਛੋਟਾ ਜਿਹਾ ਮੰਜੀ ਸਾਹਿਬ ਦੇਖਦੇ ਹੋ ਨਾ, ਉਸ ਅਸਥਾਨ ਤੇ ਬੈਠ ਕੇ ਇਹ ਬਾਰਾਂਵਾਂ ਉਚਾਰਨ ਕੀਤਾ। ਔਰ ਗਿਆਨੀ ਮਾਨ ਸਿੰਘ ਜੀ ਨੇ ਬੜੇ ਸੁੰਦਰ ਸ਼ਬਦ ਕਹੇ ਨੇ, ਕਹਿੰਦੇ ਨੇ ਕਿ ਜਦੋਂ ਬੱਚਾ ਮਾਤਾ ਦੇ ਗਰਭ ਵਿੱਚ ਹੁੰਦਾ ਹੈ ਨਾ, ਉਹਦੀ ਬਿਲਕੁਲ ਉਮਰ ਪੂਰੀ ਹੁੰਦੀ ਹੈ, ਨਾ ਉਹ ਇੱਕ ਸਵਾਸ ਵੱਧ ਹੁੰਦੀ ਹੈ ਨਾ ਘੱਟ ਹੁੰਦੀ ਹੈ। ਪਰ ਜਦੋਂ ਮਾਤਾ ਦੇ ਗਰਭ ਵਿੱਚੋਂ ਬੱਚਾ ਜਨਮ ਲੈ ਲਵੇ, ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ, ਉਮਰ ਘਟਣੀ ਸ਼ੁਰੂ ਹੋ ਜਾਂਦੀ। ਪਹਿਲਾਂ ਸਵਾਸ ਲਿਆ ਤੇ ਸਵਾਸ ਘਟ ਗਿਆ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਨਾ ਸਾਡੇ ਤੇ ਕਿੰਨੀ ਬਖਸ਼ਿਸ਼ ਕੀਤੀ, ਸਾਨੂੰ ਮਹੀਨਿਆਂ ਰਾਹੀਂ ਉਪਦੇਸ਼ ਦਿੱਤਾ ਹੈ, ਸਾਨੂੰ ਅਮਾਵਸ ਰਾਹੀਂ ਉਪਦੇਸ਼ ਦਿੱਤਾ ਹੈ, ਸਾਨੂੰ ਪੂਰਨਮਾਸ਼ੀ ਤੇ ਉਪਦੇਸ਼ ਦਿੱਤਾ ਹੈ, ਸਾਨੂੰ ਸੱਤਾਂ ਦਿਨਾਂ ਤੇ ਉਪਦੇਸ਼ ਦਿੱਤਾ ਹੈ, ਸਾਨੂੰ ਰੁੱਤਾਂ ਤੇ ਉਪਦੇਸ਼ ਦਿੱਤਾ ਹੈ, ਥਿੱਤਾਂ ਤੇ ਉਪਦੇਸ਼ ਦਿੱਤਾ ਹੈ। ਆਪ ਜੀ ਕਈ ਵਾਰੀ ਪੜ੍ਹਦੇ ਹੋ, ਪੰਦਰਾਂ ਥਿੰਤੀ ਤੈ ਸਤਵਾਰ, ਪੰਦਰਾਂ ਥਿੱਤਾਂ ਦਾ ਵੀ ਉਪਦੇਸ਼, ਸੱਤਾਂ ਵਾਰਾਂ ਦਾ ਵੀ ਉਪਦੇਸ਼। ਇਹ ਵੱਖਰੀ ਗੱਲ ਕਿ ਅਸੀਂ ਪੜ੍ਹ ਵੀ ਲੈਂਦੇ ਹਾਂ, ਸੁਣ ਵੀ ਲੈਂਦੇ ਹਾਂ, ਪਰ ਉਹਦੇ ਵੱਲੇ ਖਿਆਲ ਨਹੀਂ ਕਰਦੇ, ਉਸ ਨੂੰ ਧਾਰਨ ਕਰਨ ਦਾ ਯਤਨ ਨਹੀਂ ਕਰਦੇ ਹਾਂ। ਬੱਚੇ ਨੇ ਜਨਮ ਲਿਆ ਤੇ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਦਿੱਤਾ, ਔਰ ਜਦੋਂ ਬੱਚਾ ਵੱਡਾ ਹੁੰਦਾ ਤੇ ਨਾਲ ਨਾਲ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਇਸੇ ਤਰ੍ਹਾਂ ਸਤਿਗੁਰਾਂ ਨੇ ਸਾਨੂੰ ਇਹ ਸੰਕ੍ਰਾਂਤ ਦਾ ਵੀ ਉਪਦੇਸ਼ ਬਖਸ਼ਿਸ਼ ਕੀਤਾ। ਅਸੀਂ ਕਿਸੇ ਦਿਨ ਦੇ ਪੁਜਾਰੀ ਨਹੀਂ ਹਾਂ, ਅਸੀਂ ਉਪਦੇਸ਼ ਦੇ ਨਾਲ ਜੁੜਨਾ ਹੈ ਕਿ ਅੱਜ ਸਤਿਗੁਰਾਂ ਨੇ ਕੀ ਉਪਦੇਸ਼ ਬਖਸ਼ਿਸ਼ ਕੀਤਾ। ਜਿਵੇਂ ਆਪ ਜੀ ਨੇ ਕਈ ਵਾਰੀ ਸਰਵਣ ਕਰ ਲਿਆ ਸਵੇਰ ਦਾ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਇਹ ਸਾਵਣ ਦਾ ਮਹੀਨਾ ਕਿਹੜਾ ਮਨੁੱਖਾ ਜਨਮ, ਇਹ ਸਫਲ ਕਦੋਂ ਹੋਣਾ, ਜਦੋਂ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਬਣ ਜਾਣਾ।
ਤੇ ਜਿਨ੍ਹਾਂ ਦਾ ਗੁਰੂ ਦੇ ਚਰਨਾਂ ਨਾਲ ਪਿਆਰ ਬਣ ਜਾਏ ਨਾ ਉਹਨਾਂ ਦੇ ਸਾਹਮਣੇ ਵੱਡੇ ਵੱਡੇ ਵਿਦਵਾਨ ਨਹੀਂ ਟਿਕਦੇ। ਸਾਹਿਬਾਂ ਦੀ ਹਜ਼ੂਰੀ ਵਿੱਚ 52 ਕਵੀ ਨੇ। ਇੱਕ ਦਿਨ ਇੱਕ ਕਵੀ ਆ ਗਿਆ ਬੜੇ ਹੰਕਾਰ ਦੇ ਵਿੱਚ, ਆਪਣੇ ਸ਼ਬਦ ਕਹਿਣ ਲੱਗਿਆ ਕਿ ਤੁਹਾਡੇ ਪਾਸ ਐਸਾ ਕੋਈ ਕਵੀ ਹੈ ਜਿਹੜਾ ਮੇਰੀ ਪੁੱਤਰ ਦਾ ਤਰਜਮਾ ਕਰ ਦੇਵੇ, ਪੁੱਤਰ ਦੇ ਅਰਥ ਕਰ ਦੇਵੇ ਕਵਿਤਾ ਦੇ। ਤੇ ਜਦੋਂ ਉਸਨੇ ਕਵਿਤਾ ਕਹੀ ਨਾ, ਸਮਾਂ ਨਹੀਂ ਹੈ, ਨਵਸਾਤ ਤੀਏ ਨਵਸਾਤ ਪੀਏ ਨਵਸਾਤ ਕੀਏ ਨਵਸਾਤ ਪਿਆਏ, ਤੇ ਉਹਦਾ ਅਰਥ ਭਾਈ ਧੰਨਾ ਸਿੰਘ ਜੀ ਨੇ ਕਰ ਦਿੱਤਾ। ਭਾਈ ਧੰਨਾ ਸਿੰਘ ਜੀ ਜਦੋਂ ਪਿਤਾ ਨੇ ਮਿਹਰ ਦੀ ਨਜ਼ਰ ਕੀਤੀ, ਰਹਿਮਤ ਤੇ ਨਜ਼ਰ ਕੀਤੀ, ਤੇ ਭਾਈ ਧੰਨਾ ਸਿੰਘ ਜੀ ਕਹਿਣ ਲੱਗੇ ਹੁਣ ਤੁਸੀਂ ਵੀ ਮੇਰੀ ਕਵਿਤਾ ਦਾ ਅਰਥ ਕਰੋ। ਭਾਈ ਧੰਨਾ ਸਿੰਘ ਜੀ ਨੇ ਜਿਹੜੇ ਬਚਨ ਕਹੇ ਨਾ ਉਹ ਇਤਿਹਾਸ ਵਿੱਚ ਲਿਖੇ ਹੋਏ ਨੇ। ਉਹ ਕਹਿੰਦਾ, ਮੀਨ ਮਰੇ ਜਲ ਕੇ ਪਰਸੇ, ਕਮ ਹੂ ਨ ਮਰੇ ਤਨ ਤਾਪ ਕੇ ਆਏ, ਹਾਥੀ ਮਰੇ ਮਦ ਕੇ ਪਰਸੇ। ਭਾਈ ਧੰਨਾ ਸਿੰਘ ਜੀ ਨੇ ਇਹ ਸਵਈਆ ਇੱਕ ਉਚਾਰਨ ਕੀਤਾ ਕਿ ਮੀਨ ਮਰੇ ਜਲ ਕੇ ਪਰਸੇ, ਕਬ ਹੂ ਨ ਮਰੇ ਪਰ ਪਾਵਕ ਪਾਏ, ਹਾਥੀ ਮਰੇ ਮਦ ਕੇ ਪਰਸੇ, ਕਬ ਹੂ ਨ ਮਰੇ ਤਨ ਤਾਪ ਕੇ ਆਏ, ਤੀਆ ਮਰੇ ਪਤ ਕੇ ਪਰਸੇ, ਕਬ ਹੂ ਨ ਮਰੇ ਪਰਦੇਸ ਸੁਧਾਏ, ਗੂੜ ਮੈਂ ਬਾਤ ਕਹੀ ਦੇ ਜਰਾਜ, ਵਿਚਾਰ ਸਕੇ ਨਾ ਬਿਨਾ ਚਿੱਤ ਲਾਏ। ਕਹਿੰਦੇ ਦਿਜਰਾਜ ਦੱਸੋ ਇਹਦੇ ਅਰਥ ਕੀ ਨੇ, ਤੇ ਭਾਈ ਧੰਨਾ ਜੀ ਦੀ ਰਚੀ ਕਵਿਤਾ ਦੇ ਅਰਥ ਨਹੀਂ ਕਰ ਸਕਿਆ ਸੀ ਜਿਹੜਾ ਵਿਦਵਾਨ ਸੀ, ਕਿਉਂਕਿ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੀ ਨਜ਼ਰ ਭਾਈ ਧੰਨਾ ਸਿੰਘ ਜੀ ਦੇ ਉੱਤੇ, ਤੇ ਅੱਜ ਅਸੀਂ ਉਹਨਾਂ ਦੇ ਅਸਥਾਨ ਤੇ ਆਏ ਹਾਂ ਤੇ ਅਸੀਂ ਸ਼ਰਧਾ ਭਾਵਨਾ ਲੈ ਕੇ ਆਏ ਹਾਂ, ਤੇ ਕਿਉਂ ਨਾ ਸਤਿਗੁਰੂ ਜੀ ਸਾਡੇ ਤੇ ਨਜ਼ਰ ਕਰਨਗੇ, ਕਿਉਂ ਨਾ ਬਖਸ਼ਿਸ਼ ਕਰਨਗੇ। ਔਰ ਮਹਾਂਪੁਰਸ਼ ਸੰਤ ਬਾਬਾ ਸਤਨਾਮ ਸਿੰਘ ਜੀ ਮਹਾਨ ਪਰਉਪਕਾਰ ਕਰ ਰਹੇ ਨੇ, ਬੇਅੰਤ ਅਦਾਰੇ ਚੱਲ ਰਹੇ ਨੇ, ਆਈਆਂ ਸੰਗਤਾਂ ਦੇ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਨੇ, ਤੇ ਜਿਹੜੇ ਬਚਨ ਕਹੇ ਨੇ ਪਾਤਸ਼ਾਹ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਜਨ ਬਣਨਾ ਬਹੁਤ ਔਖਾ ਹੈ, ਜੇ ਜਨ ਬਣ ਜਾਏ ਤੇ ਉਹਦੀ ਅਰਦਾਸ ਸਤਿਗੁਰੂ ਪ੍ਰਵਾਨ ਕਰਦੇ ਨੇ, ਤੇ ਜਨ ਦੀ ਨਿਸ਼ਾਨੀ ਕੀ ਹੈ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛੁ ਨਾਇ, ਜਲ ਤੇ ਉਪਜਤ ਰੰਗ ਜੋ ਜਲ ਹੀ ਵਿਖੇ ਸਮਾਹਿ। ਉਹ ਫਿਰ ਪਰਮਾਤਮਾ ਦੇ ਨਾਲ ਐਂ ਮਿਲ ਜਾਂਦੇ ਨੇ ਜਿਵੇਂ ਪਾਣੀ ਪਾਣੀ ਦੇ ਨਾਲ ਮਿਲ ਜਾਂਦਾ, ਤੇ ਮਹਾਂਪੁਰਸ਼ਾਂ ਨੂੰ ਸਤਿਗੁਰਾਂ ਨੇ ਬੇਅੰਤ ਬਖਸ਼ਿਸ਼ਾਂ ਬੇਅੰਤ ਰਹਿਮਤਾਂ ਦੇ ਖਜ਼ਾਨੇ ਬਖਸ਼ਿਸ਼ ਕੀਤੇ ਨੇ, ਉਹ ਸੰਗਤਾਂ ਵਿੱਚ ਵੰਡ ਰਹੇ ਨੇ। ਗੁਰੂ ਕਿਰਪਾ ਕਰੇ ਅਸਥਾਨਾਂ ਦੀ ਚੜ੍ਹਦੀ ਕਲਾ, ਮਹਾਂਪੁਰਸ਼ਾਂ ਦੇ ਸਿਰ ਤੇ ਮਿਹਰ ਪ੍ਰਿਆਥਾ ਤੰਦਰੁਸਤੀ ਦੀ ਦਾਤ, ਬਖਸ਼ਿਸ਼ ਕਰਨ ਇਤਨੇ ਸ਼ਬਦ ਪ੍ਰਵਾਨ ਕਰਨੇ। ਹੁਣ ਗੁਰੂ ਕੇ ਢਾਡੀ ਸਿੰਘਾਂ ਨੇ ਵੀਰ ਰਸੀ ਇਤਿਹਾਸ